20 ਸਾਲ ਤੋਂ ਪਾਰਟੀ ਨਾਲ ਜੁੜੇ ਕਾਂਗਰਸ ਦੇ ਸੀਨੀਅਰ ਲੀਡਰ ਪਰਸ਼ੋਤਮ ਲਾਲ ਜੁਗਨੂ ਨੇ ਪਾਰਟੀ ਵਿੱਚ ਕੋਈ ਅਹੁਦਾ ਨਾ ਦਿੱਤੇ ਜਾਣ ਦੇ ਰੋਸ ਦੇ ਚੱਲਦਿਆਂ ਅੱਜ ਹਾਜੀਪੁਰ 'ਚ ਧਰਨਾ ਪ੍ਰਦਰਸ਼ਨ ਕੀਤਾ ਅਤੇ ਪਰਸ਼ੋਤਮ ਲਾਲ ਜੁਗਨੂ ਨੇ ਕਿਹਾ ਕਿ ਕਾਂਗਰਸ ਦੇ ਕਈ ਵਰਕਰਾਂ ਨੇ ਉਸਨੂੰ ਪਾਰਟੀ ਵਿੱਚ ਅਹੁਦਾ ਦਿਵਾਉਣ ਦੇ ਵਾਅਦੇ ਕੀਤੇ ਪਰੰਤੂ ਅਜੇ ਤੱਕ ਕੋਈ ਵਾਅਦਾ ਪੂਰਾ ਨਹੀਂ ਹੋਇਆ, ਜਿਸ ਤੋਂ ਬਾਅਦ ਆਪਣੀ ਮੰਗ ਸਰਕਾਰ ਤੱਕ ਪਹੁੰਚਾਉਣ ਲਈ ਧਰਨਾ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ। ਹਾਜੀਪੁਰ ਤੋਂ ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਸੋਨੂੰ ਥਾਪਰ ਦੀ ਵਿਸ਼ੇਸ਼ ਰਿਪੋਰਟ। ਤੁਸੀਂ ਇੱਥੇ ਕਿੰਨੇ ਚਿਰ ਤੋਂ ਬੈਠੇ ਹੋ ਇੱਥੇ? ਇਹ ਮੈਂ 1 ਜਨਵਰੀ 2020 ਤੋਂ ਬੈਠਾ ਪਿਆ। ਤੁਹਾਡੀ ਮੁੱਖ ਮੰਗ ਕੀ ਹੈ? ਮੁੱਖ ਮੰਗ, ਮੈਂ 20 ਸਾਲ ਪਹਿਲਾਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਸੀ। ਉਸ ਸਮੇਂ ਮਾਨਯੋਗ ਡਾਕਟਰ ਕੇਵਲ ਕਿਸ਼ਨ ਹੁਣਾਂ ਨੇ ਮੈਨੂੰ ਇਹ ਕਹਿ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਸੀ ਕਿ ਜਦੋਂ ਵੀ ਕਾਂਗਰਸ ਦੀ ਸਰਕਾਰ ਪੰਜਾਬ ਵਿੱਚ ਬਣੇਗੀ ਤਾਂ ਮੈਨੂੰ ਸਰਕਾਰ ਦੇ ਵਿੱਚ ਕੋਈ ਉੱਚ ਅਹੁਦਾ ਦੇ ਕੇ ਜਨਤਾ ਦੀ ਸੇਵਾ ਕਰਨ ਦਾ ਮੌਕਾ ਦਿਆਂਗੇ। ਉਸ ਸਮੇਂ ਮੈਂ ਜਨਤਾ ਦਲ ਯੂਥ ਵਿੰਗ ਪੰਜਾਬ ਦਾ ਪ੍ਰਧਾਨ ਹੁੰਦਾ ਸੀ ਤਾਂ ਮੈਂ ਸੋਚਿਆ ਕਿ ਸਰਕਾਰ ਦੇ ਵਿੱਚ ਜੇ ਕੋਈ ਉੱਚ ਅਹੁਦਾ ਮਿਲੇਗਾ ਤਾਂ ਮੈਂ ਸਮਾਜ ਦੀ ਜ਼ਿਆਦਾ ਸੇਵਾ ਕਰ ਸਕਾਂਗਾ। ਤਾਂ ਮੈਂ ਜਨਤਾ ਦਲ ਯੂਥ ਵਿੰਗ ਪੰਜਾਬ ਦੀ ਪ੍ਰਧਾਨਗੀ ਛੱਡ ਕੇ ਸਨ 2000 ਦੇ ਕਾਂਗਰਸ 'ਚ ਸ਼ਾਮਲ ਹੋ ਗਿਆ। ਤਾਂ ਇੱਕ ਵਰਕਰ ਦੇ ਤੌਰ 'ਤੇ ਪੂਰੀ ਮਿਹਨਤ ਪੂਰੀ ਇਮਾਨਦਾਰੀ ਨਾਲ ਪਾਰਟੀ ਦੀ ਸੇਵਾ ਕਰਨ ਲੱਗ ਪਿਆ। ਜਦੋਂ ਸਾਲ 2002 ਦੇ ਵਿੱਚ ਕਾਂਗਰਸ ਦੀ ਸਰਕਾਰ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਅਗਵਾਈ ਹੇਠ ਪੰਜਾਬ ਵਿੱਚ ਬਣੀ ਤਾਂ ਮੈਂ ਉਸ ਸਮੇਂ ਡਾਕਟਰ ਕੇਵਲ ਕਿਸ਼ਨ ਹੁਣਾਂ ਨੂੰ ਬੇਨਤੀ ਕੀਤੀ ਕਿ ਆਪਣੇ ਵਾਅਦੇ ਮੁਤਾਬਕ ਸਰਕਾਰ ਦੇ ਵਿੱਚ ਮੈਨੂੰ ਕੋਈ ਉੱਚ ਅਹੁਦਾ ਦਿਓ ਤਾਂ ਕਿ ਮੈਂ ਆਮ ਜਨਤਾ ਦੀ ਸੇਵਾ ਕਰ ਸਕਾਂ। ਮਗਰ ਡਾਕਟਰ ਸਾਹਿਬ ਕਹਿਣ ਲੱਗੇ ਕਿ ਹਜੇ ਤੁਹਾਡੇ ਤੋਂ ਹੋਰ ਵੀ ਕਈ ਸੀਨੀਅਰ ਬੰਦੇ ਬੈਠੇ ਹਨ, ਪਹਿਲਾਂ ਉਹਨਾਂ ਨੂੰ ਐਡਜਸਟ ਹੋਣ ਦਿਓ, ਤੁਹਾਡਾ ਨੰਬਰ ਬਾਅਦ ਵਿੱਚ ਆਵੇਗਾ। ਤਾਂ ਮੈਂ ਉਹਨਾਂ ਦੀ ਗੱਲ ਮੰਨ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗ ਪਿਆ। ਸਾਲ 2012 ਦੇ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਬਣ ਸਕੀ ਤਾਂ ਮੈਂ 5 ਸਾਲ ਹੋਰ ਇੰਤਜ਼ਾਰ ਕੀਤਾ। ਜਦੋਂ ਸਾਲ 2017 ਦੇ ਵਿੱਚ ਦੁਬਾਰਾ ਕੈਪਟਨ ਸਾਹਿਬ ਦੀ ਅਗਵਾਈ ਹੇਠ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੀ, ਉਸ ਸਮੇਂ ਸਾਡੇ MLA ਸਵਰਗੀ ਰਜਨੀਸ਼ ਕੁਮਾਰ ਬੱਬੇ ਜੀ, ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਹੁਣ ਵਾਅਦੇ ਮੁਤਾਬਕ ਦੂਜੀ ਵਾਰ ਸਰਕਾਰ ਪੰਜਾਬ ਦੀ ਵਿੱਚ ਕਾਂਗਰਸ ਸਰਕਾਰ ਬਣੀ ਆ ਤਾਂ ਮੈਨੂੰ ਹੁਣ ਉਹ ਚੌਥਾ ਸਰਕਾਰ ਵਿੱਚ ਦੇ ਕੇ ਕੋਈ ਜਨਤਾ ਦੀ ਸੇਵਾ ਕਰਨ ਦਾ ਮੌਕਾ ਦਿਓ। ਉਹਨਾਂ ਦੀ ਰਿਕਮੈਂਡੇਸ਼ਨ ਦੇ ਨਾਲ ਇੱਕ ਫਾਈਲ ਮਾਨਯੋਗ ਮੁੱਖ ਮੰਤਰੀ ਪੰਜਾਬ ਹੁਣਾਂ ਕੋਲ ਸਾਲ 2017 ਵਿੱਚ ਹੀ ਭੇਜ ਦਿੱਤੀ ਗਈ। ਤਾਂ ਹੁਣ 3 ਸਾਲ ਹੋ ਚੁੱਕੇ ਨੇ ਅਤੇ ਮੈਂ ਸਿਰਫ ਚੱਕਰ 'ਤੇ ਚੱਕਰ ਹੀ ਲਗਾ ਰਿਹਾ ਹਾਂ, ਮੇਰੀ ਕੋਈ ਸੁਣਾਈ ਨਹੀਂ ਹੋ ਰਹੀ। ਇਸ ਤੋਂ ਤੰਗ ਪਰੇਸ਼ਾਨ ਆ ਕੇ 1 ਜਨਵਰੀ 2020 ਤੋਂ ਮੈਂ ਪਾਰਟੀ ਵਿਰੁੱਧ ਇਹ ਰੋਸ ਧਰਨੇ ਸ਼ੁਰੂ ਕਰ ਦਿੱਤੇ ਹਨ। ਪਰ ਹੁਣ ਤੱਕ ਮੈਂ ਤਲਵਾੜਾ ਤੋਂ ਲੈ ਕੇ ਮੁਕੇਰੀਆਂ ਤੱਕ ਪੂਰੇ ਧਰਨੇ ਲਾ ਚੁੱਕਾ ਹਾਂ ਪਰ ਹਜੇ ਤੱਕ ਵੀ ਕਾਂਗਰਸ ਪਾਰਟੀ ਦੇ ਸਿਰ 'ਤੇ ਕੋਈ ਅਸਰ ਨਹੀਂ ਹੋਇਆ। ਕੀ ਤੁਹਾਨੂੰ ਲੱਗਦਾ
ਇਹ ਸੰਘਰਸ਼ ਇਸ ਤਰ੍ਹਾਂ ਰਹੂਗਾ ਜਾਂ ਇਹਨੂੰ ਖਤਮ ਕੀਤਾ ਜਾਵੇਗਾ? ਨਹੀਂ, ਇਹ ਸੰਘਰਸ਼ ਇਸ ਤਰ੍ਹਾਂ ਹੀ ਜਾਰੀ ਰਹੇਗਾ ਜਦੋਂ ਤੱਕ ਮੇਰੀ ਸੁਣਾਈ ਨਹੀਂ ਹੁੰਦੀ।